ਮੱਝਾਂ ਹੁਣ ਵਾ ਖੁੱਲਾ ਚੱਲ ਠਹਿਰ ਰਾਂ ਰਾਂ ਹੁਣ ਵੇਖੋ ਕਿਆ ਖੁੱਲਾ ਨਹੀਂ ਖੁੱਲ ਕੇ ਜਰਾ ਥੱਲੇ ਵੇਖ ਲਾ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਨਸ਼ੇ 'ਚ ਟੱਲੀ ASI ਦੀਆਂ ਤਸਵੀਰਾਂ ਕੈਮਰੇ ਵਿੱਚ ਹੋਈਆਂ ਕੈਦ। ਨਸ਼ੇ ਦੀ ਹਾਲਤ ਦੇ ਵਿੱਚ ਕਦੀ ਉਤਾਰ ਰਿਹਾ ਪੈਂਟ, ਕਦੀ ASI ਖੁੱਡ ਡਿੱਗ ਰਿਹਾ ਹੈ ਜ਼ਮੀਨ 'ਤੇ, ਕੱਪੜੇ ਉਤਾਰ ਕੇ ਕਹਿੰਦਾ ਥੱਲੇ ਦੇਖ। ਇੱਕ ਪਾਸੇ ਤਾਂ ਪੰਜਾਬ ਪੁਲਿਸ ਨਸ਼ੇ ਨੂੰ ਖਤਮ ਕਰਨ ਦੇ ਲੱਖਾਂ ਦਾਅਵੇ ਕਰਦੇ ਹੋਏ ਨਸ਼ਾ ਤਸਕਰਾਂ ਅਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਵੱਡੀ ਹੋਈ ਹੈ ਅਤੇ ਇਲਾਕਿਆਂ ਵਿੱਚ ਸਰਚ ਓਪਰੇਸ਼ਨ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ, ਅਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਖੁਦ ਹੀ ਨਸ਼ੇ ਦੇ ਵਿੱਚ ਟੱਲੀ ਦਿਖਾਈ ਦੇ ਰਹੇ ਨੇ। ਇਹ ਤਸਵੀਰਾਂ ਅੰਮ੍ਰਿਤਸਰ ਦੇ DC ਦਫ਼ਤਰ ਦੇ ਬਾਹਰ ਦੀਆਂ ਨੇ, ਜਿੱਥੇ ਬਾਹਰ ਮੇਨ ਗੇਟ 'ਤੇ ਤੈਨਾਤ ਪੁਲਿਸ ਅਤੇ ASI ਨਸ਼ੇ 'ਚ ਟੱਲੀ ਦਿਖਾਈ ਦੇ ਰਹੇ ਨੇ। ਜਦੋਂ ਇਸ ਪੁਲਿਸ ਅਧਿਕਾਰੀ ਦੇ ਨਾਲ ਪੱਤਰਕਾਰਾਂ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਪੁਲਿਸ ਅਧਿਕਾਰੀ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਅਤੇ ਨਸ਼ੇ ਦੀ ਹਾਲਤ ਦੇ ਵਿੱਚ ਇਸ ਪੁਲਿਸ ਅਧਿਕਾਰੀ ਨੇ ਮੀਡੀਆ ਦੇ ਕੈਮਰੇ ਸਾਹਮਣੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਹਾਲਾਂਕਿ ਮੌਕੇ 'ਤੇ ਮੌਜੂਦ ਦੂਸਰੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ASI ਨੂੰ ਕਾਫੀ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਨਸ਼ੇ 'ਚ ਟੱਲੀ ਅਧਿਕਾਰੀ ਦੇ ਵੱਲੋਂ ਕਿਸੇ ਦੀ ਵੀ ਗੱਲ ਨਹੀਂ ਸੁਣੀ ਅਤੇ ਕਾਫੀ ਹਾਈ ਵੋਲਟੇਜ ਡਰਾਮਾ DC ਦਫ਼ਤਰ ਦੇ ਬਾਹਰ ਕੀਤਾ ਗਿਆ। ਅਤੇ ਹੁਣ ਦੇਖਣਾ ਹੋਵੇਗਾ ਕਿ ਇਸ ਪੁਲਿਸ ਅਧਿਕਾਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ 'ਤੇ ਕੀ ਕਾਰਵਾਈ ਕਰਦੇ ਨੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੁਸੀਂ ਤਾਂ ਸਿਆਣੇ ਹੋ, ਉਹ ਤਾਂ ਬੇਵਕੂਫ ਹੋ ਗਿਆ ਭਾਜੀ। ਬੱਚਿਆਂ ਖੁੱਲ ਗਿਆ ਜਿਹੜਾ ਕੰਮ ਖੁੱਲਣਾ ਸੀ, ਹਾਂ ਇਹ ਦੇਖੋ ਆਪਣੇ ਹੀ ਅਧਿਕਾਰੀਆਂ ਦੀ ਗੱਲ ਦੱਸ। ਪੁਲਿਸ ਵਿੱਚ ਇੱਕੋ ਹੀ ਜਿਹੜਾ ASI ਆ, ਉਹਨੇ ਸਾਰੇ ਪਾਸੇ ਬਦਮਾਸ ਪਾਈ ਆ। ਚਲੇ ਜਰਾ ਤਾਂ ਵਧੀਆ ਠੀਕ ਆ ਭਾਜੀ, ਇਸ ਤਰ੍ਹਾਂ ਹੀ ਫੇਰੀ ਜਾਂਦਾ ਸਾਰਿਆਂ ਨਾਲ।